स्वागत है ਤੁਹਾਡਾ ਸਾਡੇ ਖੋਰ ਨਵੇਂ ਬਲੌਗ ਦੇ ਵਿੱਚ। ਤਾਂ ਅੱਜ ਦਾ ਬਲੌਗ ਕਰਨ ਲੱਗਿਆ ਮੈਂ ਕਰੀਬ ਤਾਂ 5 ਵਜੇ, ਤਾਂ ਲੇਟ ਕਾਫੀ ਹੋ ਗਿਆ ਬਲੌਗ ਸਟਾਰਟ ਕਰਨੇ ਨੂੰ। ਤਾਂ ਅੱਜ ਕੱਦੂ ਵੀ ਨਹੀਂ ਕੀਤਾ ਖੇਤਾਂ 'ਚ, ਕਿਉਂਕਿ ਬਸ ਅੱਜ ਨਾਲੇ ਕੱਲ੍ਹ ਦਾ ਦਿਨ ਹੈ ਭਈਆਂ ਦਾ, ਉਹਨਾਂ ਨਾਲ ਬਾਅਦ 2-3 ਦਿਨਾਂ ਬਾਅਦ ਲੇਟ ਆਉਣਾ, ਤਾਂ ਕਰਕੇ ਆਪਾਂ ਕੱਦੂ ਕੀਤਾ ਨਹੀਂ ਤਾ। ਅਤੇ ਸਿਕੰਜਾ ਖੋਲ੍ਹਿਆ ਬਈ ਹੈ ਨਾ, ਰੂਟਾਵੀਟਰ ਖੋਲ੍ਹਿਆ ਬਈ ਹੈ ਸੱਚ, ਤਾਂ ਇਹਦੇ ਕਰਕੇ ਤਾਂ ਲੇਟ ਕੀਤਾ ਬਲੌਗ ਸ਼ੁਰੂ। ਤਾਂ ਕੋਈ ਕੰਮ ਕੁੰਮ ਹੀ ਨਹੀਂ ਤਾ, ਤਾਂ ਕਰਕੇ ਕੋਈ ਕੰਮ ਵੀ ਨਹੀਂ ਤਾ, ਤਾਂ ਮੈਂ ਲੇਟ ਲੱਗਿਆ ਬਲੌਗ ਸਟਾਰਟ ਕਰਨ। ਤਾਂ ਹੁਣ ਆਪਾਂ ਲੱਗੇ ਬਲੌਗ ਸਟਾਰਟ ਕਰਨ। ਫਿਲਹਾਲ ਆਪਾਂ ਸੈਟਅਪ 'ਤੇ ਕੰਮ ਕਰਨਾ ਨਹੀਂ, ਜਦ ਤੱਕ ਆਪਾਂ ਦਾ ਕੱਦੂ ਹੁੰਦਾ ਨਹੀਂ ਤਾ। ਫਿਲਹਾਲ ਅੱਜ ਵਿਹਲੀ ਹੈ, ਸਿਰਫ ਇੱਕ ਪਨੀਰੀ ਲਿਆਉਣੀ ਜਾ ਕੇ, ਨਾਲੇ ਘਾਹ ਘੂਹ ਦਾ ਕੰਮ ਕਰਨਾ, ਬਾਕੀ ਆਪਾਂ ਵਿਹਲੇ ਹੈ। ਤਾਂ ਆਪਣਾ ਕੋਈ ਟਰੈਕਟਰ ਦਾ ਕੰਮ ਆਪਣਾ ਕਰਨਾ ਨਹੀਂ ਛੋਟੇ ਦਾ। ਫਿਲਹਾਲ ਕੀਟ ਦਾ ਉਹ ਵੀ ਕਹਿੰਦਾ ਤਾ, ਮੈਂ ਜਿੱਦਾਂ ਦਾ ਤੈਂ ਮੋਟਰ ਲਾਈ ਤੀ ਤਾਂ ਮੈਂ ਵੀ ਮੋਟਰ ਲਾਉਣੀ ਹੈ। ਤਾਂ ਹੁਣ ਵੀ ਔਨਲਾਈਨ ਮੰਗਾਈ ਜਾਂਦੀ ਹੈ, ਪਹਿਲਾਂ ਤਾਂ ਕਹਿੰਦਾ ਇੱਦਾਂ ਕੋਈ ਸ਼ੋਪ 'ਤੇ ਬਾਏ ਕਰ ਲੈਣੀ, ਤਾਂ ਫਿਰ ਕਹਿੰਦਾ ਵੀ ਚਲੋ ਐਵੇਂ ਜਾਣਾ। ਤਾਂ ਮੈਂ ਔਨਲਾਈਨ ਮੰਗਾ ਲਈਆਂ ਦੀਆਂ 2 ਮੋਟਰ, ਇੱਕ ਇੱਕ ਸ਼ਾਫਟ ਵਾਲੀਆਂ। ਉਹਦਾ ਮੋਡਲ ਹੈਗਾ ਮੇਰਾ ਜਿੱਦਾਂ ਹੋਲੈਂਡ ਮੋਡਲ ਹੈ, ਇੱਕ ਮਹਿੰਦਰਾ, ਉਹਨਾਂ 911 ਦਾ ਮੋਡਲ ਤਿਆਰ ਕੀਤਾ ਵਾ, ਅਤੇ ਬਾਕੀ ਆਪੇ ਹੋਮਮੇਡ ਤਿਆਰ ਕੀਤਾ। ਸਿਰਫ ਅੱਜ ਆਪਾਂ ਨੇ ਮੋਟਰਾਂ ਲਾਉਣੀਆਂ। ਤਾਂ ਟਾਇਰ ਤਾਂ ਮੈਂ ਤੁਹਾਨੂੰ ਦੱਸ ਦਿੰਦਾ, ਸ਼ਾਇਦ ਉਹ ਵਾਲੇ ਕਹਿੰਦਾ ਤਾ ਟਾਇਰ ਲਾਉਣੇ ਨੂੰ। ਇੱਧਰ ਆਪਣਾ ਹੋਲੈਂਡ ਦਾ ਹਾਲ ਬਹੁਤ ਬੁਰਾ ਹੋਇਆ ਵਾ, ਅਤੇ ਬਾਕੀ ਚੱਲਣਾ ਵੀ ਰੁਕ ਰੁਕ ਕੇ ਚੱਲਦਾ ਹੈ। ਆਹ ਵਾਲੇ ਟਾਇਰ ਉਹਨਾਂ ਕੀਟ ਨਾਲ ਲਾਉਣੇ ਹੈ। ਇਹ ਲੱਕੜੀ ਦੇ ਟਰੈਕਟਰ 'ਤੇ ਜਿਹੜੇ ਟਾਇਰ ਹੁੰਦੇ ਉਹ ਆਪਣੇ ਖੋਲ੍ਹੇ ਹੋਏ। ਫਿਲਹਾਲ ਮੇਰੇ ਕੋਲ ਟਾਇਰ ਤਾਂ ਇੱਕ ਜਿਹੜੇ ਆਪਾਂ ਮਹਿੰਦਰਾ ਨੂੰ ਲਾਏ ਤੇ ਉਹ 'ਤੇ, ਤਾਂ ਇੱਕ ਇਹ 'ਤੇ, ਕਹਿੰਦਾ ਕੋਈ ਨਾ ਗੁੱਡੀਆਂ ਹੈਗੀਆਂ ਬੜੀਆਂ ਮੋਟੀਆਂ। ਤਾਂ ਇਹਦਾ ਮੇਨ ਇਹ ਹੈ ਕਿ ਪਲਾਸਟਿਕ ਦੇ ਹੈ, ਬਾਕੀ ਰਬੜ ਇਹ 'ਚ ਹੈ ਨਹੀਂ। ਤਾਂ ਬਾਕੀ ਟਾਇਰਾਂ 'ਚ ਰਬੜ ਹੈਗੀ ਤੀ, ਵੀ ਚੱਲ ਕੋਈ ਨਾ ਇਹ ਲਾ ਲਈ। ਤਾਂ ਜਦ ਤੱਕ ਫਿਲਹਾਲ ਮੈਂ ਅੱਜ ਬਲੌਗ ਕਰਨਾ ਨਹੀਂ ਤਾ, ਕੋਈ ਮੋਡਲ 'ਤੇ ਸਟਾਰਟ ਤਾਂ ਮੈਨੂੰ ਕਰਨਾ ਪਿਆ, ਕਿਉਂਕਿ ਅੱਜ ਦਾ ਇੱਦਾਂ ਫ੍ਰੀ ਜਾਣਾ ਤਾ। ਤਾਂ ਕੀਰਤ ਕਹਿੰਦਾ ਤਾ ਨਾਲੇ ਬਲੌਗ ਵੀ ਬਣਾ ਦੀ, ਨਾਲੇ ਮੋਟਰ ਫਿੱਟ ਕਰਾਂਗੇ। ਤਾਂ ਬਾਕੀ ਮੈਨੂੰ ਉੱਤੇ ਇੱਕ ਜ਼ਰੂਰੀ ਗੱਲ ਕਰਨੀ, ਕਿਉਂਕਿ ਮੇਰੇ ਚੈਨਲ ਛੇਤੀ ਛੇਤੀ 1K ਸਬਸਕ੍ਰਾਈਬ ਕੰਪਲੀਟ ਕਰੋ, ਅਤੇ ਉੱਧਰ ਆਪ ਕੋਈ ਵਧੀਆ ਜਿਹਾ ਬਲੌਗ ਜਾਂ ਫਿਰ ਟਰੈਕਟਰ ਦੀ ਮੋਡੀਫਿਕੇਸ਼ਨ ਬਾਰੇ, ਕਿਉਂਕਿ ਹੁਣ ਲਾਈਟਾਂ ਖੋਲ੍ਹੀ ਨਾ ਕੋਈ ਮੋਡੀਫਿਕੇਸ਼ਨ ਆਪਾਂ ਕਰਾਂਗੇ। ਤਾਂ ਲਾਈਵ ਵੀ ਜ਼ਰੂਰ ਹੋਵਾਂਗੇ, ਉੱਚ ਕਰਾਂਗੇ ਆਪਣੀ ਗੱਲਬਾਤ ਅੱਗੇ। ਤਾਂ ਬਾਕੀ ਚਲੋ ਚੱਲਦੇ ਆ, ਟਾਇਰ ਲੈ ਕੇ ਅਤੇ ਇੱਕ ਆਪਣੀ ਬੈਟਰੀ ਲੈ ਕੇ। ਤਾਂ ਬੈਟਰੀ ਦੀ ਕੋਈ ਲੋੜ ਨਹੀਂ ਹੈ, ਤਾਂ ਬਾਕੀ 9 ਵੋਲਟ ਵਾਲੀ ਬੈਟਰੀ ਲੈ ਜਾਂਦੇ, ਆਹ ਬੜੀ ਬੈਟਰੀ ਤਾਂ ਲੈ ਕੇ ਨਹੀਂ ਜਾਣੀ। ਇੱਕ ਟਾਇਰ ਹੀ ਦਾ ਇੱਥੇ ਦਾ ਇੱਕ ਲੱਭਣਾ ਪੈਣਾ, ਉਹ ਟਾਇਰ ਚੋਂ ਲੱਭ ਗਿਆ, ਇੱਕ ਦੂਜਾ ਟਾਇਰ ਵੀ ਲੱਭ ਗਿਆ ਆਪਾਂ ਨੂੰ। ਚਲੋ ਚੱਲਦੇ ਹਾਂ, ਬਾਕੀ ਕੋਈ ਸਮਾਨ ਸਮੂਨ ਸਾਰਾ ਹੈਗਾ, ਫੇਵਕੁੱਕ ਵਗੈਰਾ, ਚਲੋ ਉੱਥੇ ਜਾ ਕੇ ਕਰਾਂਗੇ ਹੁਣ ਗੱਲਬਾਤ। ਤਾਂ ਬਾਕੀ ਤੁਹਾਨੂੰ ਟਰੈਕਟਰ ਵੀ ਦੱਸਾਂਗੇ ਕਿਹੜਾ ਮੋਡਲ ਹੈ, ਬਾਕੀ ਉਹ ਸਨਵਰ ਸ਼ੀਟ ਦਾ ਤਿਆਰ ਕੀਤਾ ਵਾ ਟਰੈਕਟਰ ਉਹਨੇ। ਤਾਂ ਆਪਾਂ ਦਾ ਇਹ ਜਿਹੜਾ ਹੋਲੈਂਡ ਇਹ ਵੀ ਸਨਵਰ ਸ਼ੀਟ ਦਾ ਹੀ ਹੈ, ਤਾਂ ਬਾਕੀ ਅੱਧਾ ਬੋਡੀ ਸਨਵਰ ਸ਼ੀਟ ਦੀ ਹੈ, ਬਾਕੀ ਮਗਰਾੜ ਮਗਰੂੜ PVC ਪੈਪ ਦੇ ਆ, ਤਾਂ ਉਹਨੇ ਪ੍ਰੋਪੀ ਢੰਗ ਸਨਵਰ ਸ਼ੀਟ ਨਾਲ ਤਿਆਰ ਕੀਤਾ ਵਾ। ਤਾਂ ਬਸ ਟਾਇਰ ਹੁਣ ਆਹ ਵਾਲੇ ਲਾਣੇ, ਮੋਹਰਾ ਦੇਖਦੇ ਉਹ ਬਾਅਦ 'ਚ ਲੈ ਜੂੰਗੇ, ਪਹਿਲਾਂ ਪਿਛਲੇ ਦੀ ਗੱਲ ਹੈ। ਚਲੋ ਫਿਰ ਮਿਲਦੇ ਆ ਉੱਥੇ ਜਾ ਕੇ। ਕੀਟ ਦੇ ਕਰੀ ਆ ਗਏ ਤੇ ਫਿਲਹਾਲ ਸਾਰਾ ਸਮਾਨ ਕੋਠੇ ਬੰਨ ਚੱਕ ਲਿਆਂਦਾ, ਬਾਕੀ ਆਹ ਇੰਨਾ ਕੁ ਆਪਾਂ ਮੋਡਲ ਤਿਆਰ ਕੀਤਾ ਜਾਂ 911 ਦਾ। ਬਾਕੀ ਕਮੈਂਟ ਕਰਕੇ ਦੱਸਿਓ ਕਿੱਦਾਂ ਦਾ ਲੱਗਿਆ, ਬਾਕੀ ਆ ਕਲਰ ਹੀ ਨੇ ਪੇਂਟਿੰਗ ਕੀਤਾ ਤਾ ਜਾਂ ਰੇਗ ਮਾਰ ਮਾਰ ਹੋਣਾ। ਤਾਂ ਲਾਈਟਾਂ ਵੀ ਤਾਂ ਇੱਦਾਂ ਕੱਟ ਹੋ ਗਈ, ਅਤੇ ਬਾਕੀ ਆ ਜਾਲੀ ਵਧੀਆ, ਬਾਕੀ ਸਾਰਾ ਸਿਸਟਮ ਕਿ ਮਗਰਾੜ ਮਗਰੂੜ ਲੱਗਣੇ ਉਹ ਵੀ ਬਣਾ ਲਏ ਵੇ, ਤੁਹਾਨੂੰ ਦੱਸਦੀ ਇੱਕ ਵਾਰ ਇਹ ਚੀਜ਼ ਹੈ। ਆ ਆਪਣੇ ਮਗਰਾੜ, ਤਾਂ ਇਹ ਵੀ ਰੇਗ ਮਾਰ ਮਾਰ ਹੋਣਾ ਹੀ ਨਾ, ਪਰ MC ਲੈਦੇ ਲਾਈ ਵੀ ਤੀ। ਤਾਂ ਬਾਕੀ ਆ ਮੋਟਰਾਂ ਮੰਗਾ ਲਈਆਂ ਤੀਆਂ, ਅਨਬੋਕਸ ਕਰ ਲਈ ਵੀ, ਬਾਕੀ ਹੁਣ ਇੱਕ ਵਾਰ ਤੁਹਾਨੂੰ ਦੱਸ ਦਈਏ। ਫਿਲਹਾਲ ਮੇਰੇ ਦੇ ਆ ਚੀਜ਼ ਬਲੈਕ ਤੀ ਮੋਟਰ ਦੀ ਟੱਕਣ ਜਿਹਾ, ਇਹਦਾ ਵਾਈਟ ਹੈ,
चलो तो मेरे तो आ चीज भी नहीं हैगी उदा कि सिंपल दी ढंग दी। चलो हूँ इनू एक बार चला के दस दिए कि टायर तो अपने आई लाने तो फिलहाल अज मोटर ही लगनिया तो राड़ा भी इको लै नहीं तो पहला बार मोटर फिट कर देनी है टायर बाद करा फिट राड़ा पहला टायर ना ला देनी ये इदे फिक्स कर देनी है तो बाकी आ सन वर्कशीट बदी है अपने को भी जावे एक ये कहता म्यूजिक सिस्टम तो अपने लानी हुड लानी ना हुडनी जू पाइप ला के दो स्पीकर डिजाइन दे देने बाकी चलो कोई ना इटरेटर रेडी हो जाना अपना फिट हो जाए टू जाए वधिया ढंग ना करांगे कि यार मेरी इन्ना इपर हुण है नहीं ताजा जिहा ताजा कहदा मेरी चैनी वो नहीं हैगी भी ट्रैक्टर आना क्या यार छोटे हुण अपनी उम्र भी बड़ी हो गई भी तो हुण खेलां साडियां पहला तो शौक जिहा छोटे ट्रैक्टर का काफ़ी मैनू हुण है नहीं तो हुण घट गया काफ़ी तो काफ़ी घट गया तो आपां हुण बड़े ट्रैक्टर की मोडिफिकेशन करा करांगे तो बाकी अज ब्लॉग मेरे को है नहीं तो कोई तो मैं ये शूट करन लग्या ये ब्लॉग ताजा नहीं है किन्ना का बड़ा हो सकता तो बाकी जिहड़ा पिछला ब्लॉग था मैं इन्ना नहीं लगता भी बड़ा हो जूँगा घट्टो घट 20 मिनट तक पुज गया जो वो ब्लॉग नहीं देखा तो जाके देख लियो बाकी इधर लग्या वा पंगे कारण तारा का झुंड चक के लैके आया था कहिंदा इह चल दियां तां देख लीए चैक करके कल लाइटां मडूल लाइट चल दी नहीं बाकी भी तार लग गई थी पर सब कुछ ये लो सब कुछ ये बंद हो गया आ तारा तो नहीं सड़ियां मां ये भी उधर नाले लगियां थी ये इतनी ही नहीं लग गई तेरी तारा चल कोई ना बात चेक कर लेंदे पहला चेक करके देख लीए एक मोटर चेक करके देख दे बाद च थानू दस दे गाइस पोपट हो गया एक साढ़े नाल तो बाकी इन्ना ही दिमाग है नहीं था कहिंदा सैल ना चलान लग्या वा 12 वोल्ट वाली लाइट तो बाकी सैल की कपैसिटी ज़्यादा है पेपर उदा लिखा भी नहीं तो टोर्च वाली है सैल बैटरी तो बाकी हूँ असी सीधे मोटर ला के लगे वे देखण टाइम 5 बज गए वे तो बस 15-20 मिनट लगने इतने मोटर चल पी तो फिक्स कर देनी है बाकी इन्ना कोई दकमन पैना नहीं फिर शायद आप चलते मोटर पर नहाँ क्योंकि बहुत दिन हो गए जिदन दे आपने ट्राली जो पानी भरया था उसके बाद आप गए ही नहीं मोटर पर बाकी कमां कारां जो वेले नहीं मिलता था जिदा वेल होगा उधर मोटर नहीं चलती थी तो कई बार लाइट चल जाती तो तुम ट्राली वाला ब्लॉग नहीं देखा जाके देख लो मैं डिस्क्रिप्शन के लिंक भी पा दूंगा तो बड़ा इंट्रस्टिंग ब्लॉग है तो बाकी इधर चल पी अपनी मोटर चलाई चला दे देखो मैं ना पावर लाई दी अपनी फिर भी रुकती नहीं क्योंकि पहले पहला मोटर मेरी भी देती बाद चो फिलहाल एक ट्रैक्टर अपना कद्दू जमे नहीं बहना मेरा ट्रैक्टर कद्दू करके खराब होया तो बाड़ांगे तो ऐन चंगी तरह वाटर प्रूफ करके इनू फिर ये बाड़ांगे तो एक ट्रैक्टर का यार चाहिए अपने को कदे बोरिंग होंगे जो कोई काम होर ना हो इदा के न्याणपण बिच बचपन के बिच आज ही करेंगे तो चलो ये पहला फिक्स कर दी तारा बाद चो लावे तो बुढ़ी बुढ़ी खोलीए तो पहला टायर ला के देख ली चल पहले थोनू एक मोटर फिक्स करके दस दीए कि लगनी दूई करके बाद मिलेंगे पहले एक फिट कर लीए ना दोए हम थोड़ा फिट करके मिलेंगे बाद बिच चलो गाइस अपनी मोटर हो गई फिट बाकी देखो इन्ना यार बाल नू देख दी हैं चल कोई ना तो वधिया लगती हैं बाकी टायर तो बाद लावे राड है नहीं मिली सानू तो बाद चुके दिन बाकी मोटर लानी थी अपने तो मोटर अपनी लग गई इधर जिदन कलर करना होना था इधर थले कलर दूसरा ही हों के ग्रीन ब्लैक नहीं होर हों यार केड़ा बाकी तुम कमेंट करके दस्यो कि HMT 911 के इसलिए हिस्से केड़ा कलर हों मेरे हिसाब न तो हों ग्रे जहा कलर हों मैं लगता तो बाकी तुम कमेंट करके दस्यो कि वेट
मोटर है काफ़ी बद गया तो चलो असी मोटर फिट करनी थी जोड़ा खलारा खलूरा पाया वा बॉक्स रख दिए तो चलते हम नहा मोटर पर क्योंकि जो टाइम बहुत पे अपने को पनीरी भी 8 बजे जाते उन्हें पनीर जो थो पता ही है पहला दसिया वा तो 8 बजे जाना तो टाइम होया 5:15 का चलो समान समून रख के मिलते हैं अपने घर ही जा फिर मोटर पर कीर्त मनिया नहीं था कहना अज टायर पिछले ला के रहने तो बाकी लाते तो हम एक बार चला होना है चला के तुम दस दिए लो स्पीड काफ़ी है चल भी हूँ माड़ा चला देखो लुक अपने ट्रैक्टर की इधर रख पिछे नू जा दे ता इदे बाद हुण जाना अपना अपनी ट्राली बड़ा तेज़ भजना होता इन्हें हूँ ये सारा समान समून रख के हूँ चलते अपने घर फिलहाल ट्राली जोड़ के तभी अंकलों का छड़ गया नहीं ट्रैक्टर अपना वापस ले आना तो ट्राली छड़ गया नहीं चलो फिर चलते अपने घर ता बाकी मोहले टायर तो हम कल लाँगा फिलहाल अजे लाने ते ता हूँ काम बथेरे है तो घा भी लिया पहले ट्राली छड़ गया फिर घा लैके आना फिर पनीरी लैके आनी फिर दुध पा के आना चार काम तो सानू इत्थे है तो कल चलांगे हुण ना कल करांगे काम चलो फिर हम चक के रख ले कल करांगे मित्र आप घर आ गए तो वापस आ फिलहाल सकंजा खुलिया पई है तो की च हुक लानी तो ड्राइवर जोड़नी फिर चलते हैं तो बाकी मिट्टी मुट्टी कढ के गुलियां पा आनियाँ चलो मिलते हैं तुम ट्राली जोड़ के बाकी ला लीए हुक ड्राइवर भी कोले रखी भी ट्राली का सारा समान बाकी टोपलिंग खोल दिए टोपलिंग आप लगे खोलन क्योंकि ट्राली जोड़नी तो औखी हो जाती क्योंकि इतने ही वो डंडा जहा है नहीं ता करके टोपलिंग खोलनी पैनी तो मित्रों हुक अपने पाली गुला 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 आ पे ता जोड़ लिए ड्राइवर कद्दू जो होना ही है उन्हें रोजे धोई तो जाना हट ड्राइवर पाली जोड़ दिए ट्राली अस मिलते हूँ ट्राली जोड़ के सीधा मेरी अंकलों के घर ही चलो मित्र आप आए थे हूँ पनीरी लैन तो फिलहाल काफ़ी नेरा हो गया टाइम हो गया 8 का तो दुध दद्ध पाया था घा भी चक लिया था बाकी छेती छेती काम मकाना था करके आप ब्लॉग अगर शूट किया नहीं तो बस थोड़ी पनीरी पट के ला दी बाकी हूँ लेबर दो बंदे ने जाना नाल मुड़े हाथ पैर धोए करते चलो फिर हूँ करते हैं अज के ब्लॉग में इतने एंड देखने धन्यवाद मिलते हैं नैक्सट ब्लॉग के।